11/11/2017 ਨੂੰ ਮਰਡਰ ਹੋਇਆ ਸੀਗਾ, ਵਿਦ ਗੈਂਗ ਰੇਪ ਮਰਡਰ ਸੀਗਾ, ਜੋਤੀ ਨਾਮ ਦੀ ਲੜਕੀ ਕਾ, ਜਿਨ੍ਹਾਂ ਦੀ ਡੈੱਡ ਬੋਡੀ ਫੇਜਾਟ ਏਰੀਆ ਜੰਗਲ ਏਰੀਆ ਮੇ ਸੁੱਟੀ ਹੋਈ ਮਿਲੀ ਸੀਗੀ। ਅਤੇ ਉਹਦੇ ਰਿਗਾਰਡਿੰਗ ਅਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ, ਇਨਵੈਸਟੀਗੇਸ਼ਨ ਮੈਂ ਇਹ ਚੀਜ਼ ਸਾਹਮਣੇ ਆਈ ਹੈ ਕਿ ਉਹਦੇ 'ਚ ਜਿਹੜਾ ਮਰਡਰ ਜਿਹੜਾ ਰੇਪ 'ਤੇ ਮਰਡਰ ਹੋਇਆ ਸੀਗਾ, ਉਹ ਉਸਮੇ ਜਿਹੜੇ ਸ਼ਾਮਿਲ ਸੀਗੇ ਮੱਖਣ ਦੀਵਾਨ, ਸ਼ੀਲਾ, ਪੂਜਾ, ਇਹਦਾ ਸ਼ੀਲਾ ਦੀ ਬੇਟੀ ਹੈਗੀ, ਐਂਡ ਹਰੁਣ। ਇਹ ਚਾਰ ਇਹਦੇ 'ਚ ਇਸ ਚਾਰ ਬੰਦਿਆਂ ਨੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਵਜ੍ਹਾ ਰੰਜਿਸ਼ ਇਹਨਾਂ ਦਾ ਕੋਈ ਫੈਮਿਲੀ ਜਿਹੜੀ ਸ਼ੀਲਾ ਹੈਗੀ ਹੈ, ਸ਼ੀਲਾ ਦਾ ਹਸਬੈਂਡ ਐਕਸੀਡੈਂਟ 'ਚ ਮਾਰਿਆ ਸੀ ਗਿਆ ਸੀਗਾ ਲਾਸਟ ਅਗਸਤ ਮੇ, ਤਾਂ ਉਹਦੇ ਕਰਕੇ ਇਹਨਾਂ ਦੀ ਕੋਈ ਰੰਜਿਸ਼ ਸੀਗੀ, ਉਸ ਰੰਜਿਸ਼ ਕਰਕੇ ਉਹਨਾਂ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਅੱਜ ਅਸੀਂ ਤਿੰਨ ਜਿਹੜੇ ਦੋਸ਼ੀ ਹੈ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ, ਮੱਖਣ, ਸ਼ੀਲਾ ਅਤੇ ਪੂਜਾ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ। ਹਰੁਣ ਦੀ ਅਸੀਂ ਬਿਹਾਰ ਸਾਡੀ ਪੁਲਿਸ ਪਾਰਟੀ ਉੱਥੇ ਗਈ ਹੋਈ ਹੈ, ਐਜ ਸੂਨ ਐਜ ਪੋਸੀਬਲ ਉਸਕੋ ਗ੍ਰਿਫਤਾਰ ਮਤਲਬ ਕੀਤਾ ਜਾਏਗਾ। ਅਸੀਂ ਇਸ ਹਰ ਥਿਊਰੀ 'ਤੇ ਕੰਮ ਕਰ ਰਹੇ ਸੀਗੇ, ਕੋਈ ਪਰਸਨਲ ਰੰਜਿਸ਼ ਹੈ ਜਾਂ ਕੋਈ ਜਿਵੇਂ ਚੰਡੀਗੜ੍ਹ ਮੈਂ ਤੁਸੀਂ ਦੇਖਿਆ ਹੋਣਾ ਕੋਈ ਇੱਕ ਆਟੋ ਵਾਲਾ, ਅਸੀਂ ਉਹਨਾਂ ਨੂੰ ਵੀ ਪ੍ਰੋਡਕਸ਼ਨ ਵਾਂਡ 'ਤੇ ਲੈ ਕੇ ਆਏ ਸੀਗੇ, ਪੁੱਛ ਪੜਤਾਲ ਕੀਤੀ ਸੀਗੀ ਉਹਦੇ ਬਾਰੇ ਵੀ। ਬਟ ਅਸੀਂ ਕੋਈ ਐਂਗਲ ਇਹੋ ਜਿਹਾ ਨਹੀਂ ਛੱਡਿਆ ਕਿ ਕੋਈ ਇਹਦਾ ਪਰਸਨਲ ਹੈ, ਕੋਈ ਪਰਿਵਾਰ 'ਚ ਹੈਗਾ ਜਾਂ ਕੋਈ। ਜਦੋਂ ਅਸੀਂ ਇਨਵੈਸਟੀਗੇਸ਼ਨ, ਸਾਨੂੰ ਇਹਦੇ ਬਾਰੇ ਕਲਿਊ ਮਿਲਿਆ ਸੀਗਾ ਕਿਉਂਕਿ ਇਹ ਇਹਨਾਂ ਦੇ ਜਾਣਕਾਰ ਸੀਗੇ, ਐਂਡ ਬਹੁਤ ਸੀ ਕਈ ਚੀਜ਼ਾਂ ਇਹੋ ਜਿਹੀ ਚੀਜ਼ਾਂ ਸਾਹਮਣੇ ਆਈ ਜਿਹਦੇ ਤੋਂ ਸਾਨੂੰ ਇਨ ਬੰਦਿਆਂ 'ਤੇ ਸ਼ੱਕ ਜ਼ਾਹਿਰ ਹੋਇਆ। ਇਨ ਦਾ ਮੇਨ ਟਾਈਮ ਅਸੀਂ ਜਿਹੜੇ ਆਟੋ ਵਾਲਿਆਂ ਨੇ ਜਿਹੜਾ ਗੈਂਗ ਰੇਪ ਚੰਡੀਗੜ੍ਹ ਕੀਤਾ ਸੀਗਾ, ਉਹਨਾਂ ਨੂੰ ਵੀ ਅਸੀਂ ਪ੍ਰੋਡਕਸ਼ਨ ਵਾਂਡ 'ਤੇ ਲੈ ਕੇ ਆਏ ਸੀਗੇ, ਬਟ ਦੈਟ ਇਜ਼ ਦਾ ਪਾਰਟ ਆਫ ਸਟ੍ਰੈਟਜੀ ਆਲਸੋ ਐਂਡ ਪਾਰਟ ਆਫ ਇਨਵੈਸਟੀਗੇਸ਼ਨ ਆਲਸੋ। ਦੈਨ ਅਸੀਂ ਇਸ ਕਲਿਊ 'ਤੇ ਪਹੁੰਚੇ ਕਿ ਸਾਨੂੰ ਇਹਨਾਂ ਦੇ ਖਿਲਾਫ ਕਲਿਊ ਮਿਲੇ, ਕਾਫੀ ਕਲਿਊ ਮਿਲੇ, ਐਂਡ ਆਲ ਆਰ ਦਾ ਐਵੀਡੈਂਸ ਅਸੀਂ ਜਿਹੜਾ ਕੋਰਟ 'ਚ ਅਸੀਂ ਦੇਵਾਂਗੇ। ਤਾਂ ਇਹ ਚੀਜ਼ਾਂ ਕੁਛ ਇਹੋ ਜਿਹੀ ਚੀਜ਼ਾਂ ਸਾਹਮਣੇ ਆਈ ਜੋ ਇਸ ਚੀਜ਼ ਨਾਲ ਕਲੀਅਰ ਹੋ ਗਿਆ। ਨਾ ਅਸੀਂ ਉਹ ਚਾਕੂ ਵੀ ਰਿਕਵਰ ਕਰ ਲਿਆ, ਉਹ ਕੱਪੜੇ ਵੀ ਰਿਕਵਰ ਕੀਤੇ ਹੈਗੇ ਆ, ਐਂਡ ਇਹਨਾਂ ਨੇ ਇਨਸਾਫ ਵੀ ਕਰ ਲਿਆ ਆਪਣੇ ਜੁਰਮ ਦਾ। ਨਹੀਂ ਇਹ ਮਤਲਬ ਇਕੱਠੇ ਹੀ ਰਹਿੰਦੇ ਨੇ, ਬਹੁਤ ਰਿਸ਼ਤੇਦਾਰ ਨਹੀਂ ਹੈਗੇ, ਬਟ ਇਹ ਰਾਜਮਿਸਤਰੀ ਕੌਮ ਦੇ ਬੰਦੇ ਹੈਗੇ, ਇਹ ਇਕੱਠੇ ਕੰਮ ਕੁੰਮ ਕਰਦੇ ਹੈਗੇ, ਬਟ ਮਤਲਬ ਆਪਸ ਮੇਂ ਕੋਈ ਬਲੱਡ ਰਿਲੇਸ਼ਨ ਜਾਂ ਕੋਈ ਇਹੋ ਜਿਹਾ ਰਿਲੇਟਿਵ ਨਹੀਂ ਹੈਗੇ, ਬਟ ਜਾਣਕਾਰ ਹੈਗੇ, ਵੈੱਲ ਨੋਨ ਟੂ ਈਚ ਅਦਰ। ਨਹੀਂ ਇਸ ਕੇ ਸਭ ਤੋਂ ਪਿੱਛੇ ਦਾ ਜਿਹੜਾ ਹੈਗਾ ਇਹਨਾਂ ਦੀ ਰੰਜਿਸ਼ ਹੈਗੀ ਹੈ, ਜੋ ਇਹ ਜਿਹੜੀ ਜਿਹੜੀ ਲੇਡੀਜ਼ ਹੈ ਇਹਦੇ ਸ਼ੀਲਾ ਜਿਹੜੀ ਲੇਡੀਜ਼ ਹੈ ਇਹਦਾ ਜਿਹੜਾ ਹਸਬੈਂਡ ਸੀਗਾ ਰਾਮ ਰਤਨ, ਇਹਨਾਂ ਦਾ ਇਹ ਐਕਸੀਡੈਂਟ ਹੋਇਆ ਸੀਗਾ ਯੂਪੀ 'ਚ। ਇਹਨਾਂ ਨੂੰ ਇਹ ਅਸ਼ੰਕਾ ਹੈਗੀ ਹੈ ਕਿ ਵੀ ਇਹਨਾਂ ਨੇ ਸਾਡਾ ਸ਼ਾਇਦ ਮਰਡਰ ਇਹਨਾਂ ਨੇ ਕਰਾਇਆ, ਬਟ ਬਿਲਕੁਲ ਉਹ ਸਾਡੇ ਰਿਲੇਟਡ ਨਹੀਂ ਹੈਗਾ, ਉਹ ਯੂਪੀ 'ਚ ਹੈਗਾ। ਤਾਂ ਉਹਦੇ ਬਾਰੇ ਅਸੀਂ ਕੋਈ ਅਜੇ ਕੁਛ ਕਹਿ ਨਹੀਂ ਸਕਦੇ, ਬਿਕੋਜ਼ ਅਸੀਂ ਰਿਮਾਂਡ 'ਤੇ ਲਵਾਂਗੇ, ਦੈਨ ਇਨਵੈਸਟੀਗੇਸ਼ਨ ਮੇਂ ਜੋ ਚੀਜ਼ ਆਏਗੀ ਫਿਰ ਫਰਦਰ ਅਸੀਂ ਤੁਹਾਨੂੰ ਜੋ ਅੱਗੇ ਫਰਦਰ ਇਨਫੋਰਮੇਸ਼ਨ ਦੇ ਸਕਦੇ ਹਾਂ। ਅਸੀਂ ਹਜੇ ਤੱਕ 3 ਦੋਸ਼ੀ ਇਹਦੇ 'ਚ ਗ੍ਰਿਫਤਾਰ ਕੀਤੇ ਹੈਗੇ, ਬਿਕੋਜ਼ ਸੈਂਸਨੇਸ਼ਨ ਮਰਡਰ ਸੀਗਾ, ਔਰ ਇਹ 16-17 ਸਾਲ ਕੀ ਲੜਕੀ ਦੀ, ਤਾਂ ਇਸੇ ਸੀਰੀਅਸ ਕਿਉਂਕਿ ਬੜਾ ਇਸਕੇ ਬੜਾ ਰੰਜਿਸ਼ਨ ਇਸਕਾ ਮਰਡਰ ਕੀਆ ਗਿਆ, ਬੜੀ ਕ੍ਰਿਵਲਟੀ ਸੇ ਇਸਕਾ ਮਰਡਰ ਵਿਦ ਰੇਪ ਇਹਦਾ ਜੋ ਵੀ ਹੋਇਆ ਸੀਗਾ, ਉਹ ਬੜੀ ਕ੍ਰਿਵਲਟੀ ਸੇ, ਤਾਂ ਇਸਕੀ ਸੈਂਸਿਟੀਵਿਟੀ ਥੋੜ੍ਹੀ ਜਿਹੀ ਉਹ ਵੱਧ ਜਾਂਦੀ। ਨਹੀਂ ਕੋਈ ਇਹੋ ਜਿਹਾ ਕੋਈ ਫਿਲਹਾਲ ਐਸਾ ਕੋਈ ਰਿਕਾਰਡ ਨਹੀਂ ਮਿਲਿਆ, ਬਟ ਫਿਰ ਵੀ ਕਿਉਂਕਿ ਇਹ ਬਿਹਾਰ ਦੇ ਅਤੇ ਯੂਪੀ ਦੇ ਰਹਿਣ ਵਾਲੇ, ਅਸੀਂ ਸਾਰਾ ਇਹਨਾਂ ਦਾ ਜੋ ਪਰਚਾ ਬਾਰਾ ਕੱਟ ਕੇ ਭੇਜਿਆ, ਜੋ ਬਾਕੀ ਇਹਨਾਂ ਦਾ ਜੋ ਵੀ ਹੋਗਾ ਰਿਕਾਰਡ ਮੰਗਵਾ ਰਹੇ ਹਾਂ ਉੱਥੋਂ। ਨਹੀਂ ਬੇਸਿਕਲੀ ਲੜਕੀ ਇਹਨਾਂ ਦੀ ਜਾਣ ਪਛਾਣ ਦੀ ਸੀਗੀ, ਜਦੋਂ ਇਹ ਕੰਮ ਕਰਕੇ ਨਿਕਲੀ ਹੈ ਤਾਂ ਜੰਗਲ ਮੇਂ ਇਹਨਾਂ ਨੇ ਜਿਹੜੀ ਸ਼ੀਲਾ ਹੈ ਉਹਦੀ ਜਿਹੜੀ ਬੇਟੀ ਹੈਗੀ ਹੈ ਪੂਜਾ, ਉਹਨਾਂ ਨੇ ਕਿਸੇ ਬਹਾਨੇ ਸਰ ਇਹਨੂੰ ਉੱਥੇ ਬੁਲਾਇਆ ਸੀਗਾ, ਕੋਈ ਜੰਗਲ ਮੇਂ ਲੱਕੜ ਵਗੈਰਾ ਚਕਵਾਉਣ ਦੇ ਬਹਾਨੇ। ਇਹਦਾ ਮੇਨ ਟਾਈਮ ਆਲਰੇਡੀ ਵਹਾਂ ਪੇ ਜੋ ਹਰੁਣ ਨਾਮ ਦਾ ਬੰਦਾ ਉੱਥੇ ਸੀਗਾ, ਹਰੁਣ ਨਾਮ ਦੇ ਬੰਦੇ ਆਲਰੇਡੀ ਪਹਿਲਾਂ ਉਸ ਟਾਕ ਮੇਂ ਬੈਠਾ ਸੀਗਾ, ਪਹਿਲਾਂ ਇਹਦੇ ਨਾਲ ਉਹਨਾਂ ਨੇ ਹਰੁਣ ਅਤੇ ਮੱਖਣ ਨੇ ਉਹਨਾਂ ਨੇ ਇਹਦੇ ਨਾਲ ਰੇਪ ਕੀਤਾ, ਦੈਨ ਉਸ ਤੋਂ ਬਾਅਦ ਇਹਨਾਂ ਨੇ ਮਰਡਰ ਕੀਤਾ ਇਹਦਾ। ਬਿਲਕੁਲ ਐਬਸੋਲਿਊਟਲੀ ਨਾਲ ਸ਼ੀਲਾ ਵੀ ਨਾਲ ਸੀਗੀ, ਹਾਂ ਬਿਲਕੁਲ ਬਿਲਕੁਲ ਬਿਲਕੁਲ, ਉਹ ਮਤਲਬ ਉਸਨੇ ਕੋਪਰੇਟ ਕੀਤਾ ਹੈ, ਈਵਨ ਉਸਮੇ ਮਤਲਬ ਆਪਣੀ ਭਾਗੀਦਾਰੀ ਦਿੱਤੀ ਹੈ, ਉਸਦੀ ਬਾਜੂ ਵਗੈਰਾ ਫੜੀ ਹੈ ਜੋ ਵੀ ਹੈ, ਮਤਲਬ ਦੈਟ ਇਜ਼ ਆਲ ਪਾਰਟ ਆਫ ਇਨਵੈਸਟੀਗੇਸ਼ਨ। ਯੈਸ ਯੈਸ ਯੈਸ, ਜੰਗਲ ਮੇਂ ਅੰਜਾਮ ਦਿੱਤਾ, ਹਾਂ ਯੈਸ ਯੈਸ, ਚਾਕੂ ਸਿਵਾ। ਨਹੀਂ ਅਸੀਂ ਦੇਖੋ ਉਸ ਤੋਂ ਬਾਅਦ ਨਾ ਗਮਾਡਾ ਨੂੰ ਅਸੀਂ ਲਿਖਿਆ, ਪੁੱਡਾ ਨੂੰ ਵੀ ਅਸੀਂ ਲਿਖਿਆ ਸੀ, ਕਮੇਟੀ ਦੇ ਨਾਲ ਮਿਲ ਕੇ ਸਾਫ ਸੂਫ ਵੀ ਕਰਵਾਈ ਹੈ ਜਾ ਰਹੀ ਟਾਈਮ ਟੂ ਟਾਈਮ, ਬਟ ਕਿਉਂਕਿ ਇਹ ਕਿਉਂਕਿ ਡਾਇਰੈਕਟਲੀ ਪੁਲਿਸ ਦਾ ਇਸ ਨਾਲ ਨਹੀਂ ਹੈਗਾ, ਅਸੀਂ ਇਸ ਪੇ ਨਾ ਉਹਨਾਂ ਨੂੰ ਲਿਖਤੀ ਪੜ੍ਹਤੀ ਜਾਂ ਕੋਈ ਵਰਬਲੀ ਉਨਸੇ ਨਾਲ ਰਿਕੁਐਸਟ ਕਰਦੇ ਰਹਿੰਦੇ ਕਿ ਵੀ ਇਹਨੂੰ ਸਾਫ ਸਫਾਈ ਰੱਖੋ, ਜੰਗਲ ਕਾਫੀ ਬੜਾ ਹੈ, ਔਰ ਇਸ ਤਰ੍ਹਾਂ ਦੀ ਮਤਲਬ ਅੱਗੇ ਤੋਂ ਇਸਕਾ ਔਰ ਥੋੜ੍ਹਾ ਸਾ ਧਿਆਨ ਰੱਖਾਂਗੇ। PCR ਵਗੈਰਾ ਉੱਥੇ ਅਸੀਂ ਕਾਫੀ ਅਲਰਟ ਕੀਤੀ, ਹਾਂ ਮਟੋਰ 'ਚ ਰਹਿੰਦੇ ਨੇ ਇਹ, ਨਹੀਂ ਜੰਗਲ ਮੇਂ ਹੀ ਪੜਾ ਥਾ ਇਨਕਾ, ਵਹੀਂ ਪੜਾ ਥਾ, ਬਿਲਕੁਲ ਬਿਲਕੁਲ, ਹਾਂ ਇਨਕੇ ਜਾਣਕਾਰ ਹੈ, ਇਹ ਸ਼ੀਲਾ ਕੇ ਜਾਣਕਾਰ ਹੈ, ਜੋ ਮੱਖਣ ਔਰ ਨਹੀਂ ਨਹੀਂ ਇਹ ਯਹੀਂ ਪੇ ਰਹਿਤੇ ਹੈਂ, ਯਹੀਂ ਪੇ ਕਾਮ ਵਗੈਰਾ ਕਰਤੇ, ਰਾਜਮਿਸਤਰੀ ਕਾ ਕਾਮ ਕਰਤੇ ਹੈ, ਜੋ ਇਹ ਸ਼ੀਲਾ ਇਹ ਮੱਖਣ ਵਗੈਰਾ ਕੇ ਸਾਥ ਇਨਕੀ ਜਾਣਕਾਰੀ ਹੈ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ। ਦੀਦੀ ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ,
ਪਰ ਸਵੇਰੇ ਸਵੇਰੇ ਫੇਰ ਤਿਆਰੀ ਕਸੀ ਬੈਠੇ ਹੋ। ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ। ਵਾਹ ਕੀ ਬਾਤ ਹੈ, ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ। ਬਾਲੀਵੁੱਡ ਦਾ ਨੰਬਰ 1 ਫਿਲਮੀ ਰਸਾਲਾ ਪੰਜਾਬੀ ਸਕਰੀਨ।